ਗੁਰੂ ਅਰਜਨ ਦੇਵ ਜੀ ਪਹਿਲਾ ਕਾਂਡ ਬਾਲ ਅਵਸਥਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅਭਜਿੱਤ ਨਛੱਤਰ ਸੁਭਾ ਯੋਗ ਵੀਰਵਾਰ ਵਿਸਾਖ ਵਧੀ ਸੱਤ 19 ਵਿਸਾਖ 1620 ਬਿਕਰਮੀ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿੱਚ ਮਾਤਾ ਭਾਨੀ ਜੀ ਦੀ ਕੁੱਖੋਂ ਗੁਰੂ ਰਾਮਦਾਸ ਜੀ ਦੇ ਘਰ ਪ੍ਰਗਟ ਹੋਏ। ਗੁਰੂ ਅੰਗਦ ਦੇਵ ਜੀ ਪਹਿਲਾਂ ਦੇਵੀ ਦੇ ਪੂਜਕ ਸਨ। ਗੁਰੂ ਅਮਰਦਾਸ ਜੀ ਪਹਿਲਾਂ ਤੀਰਥ ਯਾਤਰੀ ਸਨ। ਗੁਰੂ ਰਾਮਦਾਸ ਜੀ ਵੀ 13-14 ਸਾਲ ਦੀ ਉਮਰ ਵਿੱਚ ਗੋਇੰਦਵਾਲ ਗੁਰੂ ਅਮਰਦਾਸ ਜੀ ਦੀ ਸ਼ਰਨ ਆਏ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ ਹੀ ਗੁਰੂ ਘਰ ਵਿੱਚ ਹੋਇਆ ਸੀ। ਇਉਂ ਸਮਝੋ ਕਿ ਆਪ ਨੂੰ ਗੁੜਤੀ ਦੇ ਨਾਲ ਹੀ ਸਿੱਖੀ ਮਿਲੀ ਸੀ। ਆਪ ਮਾਤਾ ਭਾਨੀ ਜੀ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਹੀ ਰਿਹਾ ਕਰਦੇ ਸਨ। ਮਹਾਰਾਜ ਦੀਆਂ ਬਾਲ ਉਮਰ ਦੀਆਂ ਕਈ ਸਾਖੀਆਂ ਸਿੱਖ ਇਤਿਹਾਸ ਵਿੱਚ ਮਿਲਦੀਆਂ ਹਨ। ਇੱਕ ਦਿਨ ਰਿੜਦੇ ਬਾਲਕ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਪਲੰਘ ਕੋਲ ਜਾ ਅਪੜੇ, ਬਾਹੀ ਨੂੰ ਹੱਥ ਪਾ ਕੇ ਆਪ ਉੱਠ ਕੇ ਖੜੇ ਹੋ ਗਏ ਤੇ ਫਿਰ ਇੱਕ ਪੈਰ ਬਾਹੀ ਉੱਤੇ ਰੱਖ ਕੇ ਪਲੰਘ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਕੰਮ ਕਰ ਰਹੀ ਮਾਤਾ ਭਾਨੀ ਜੀ ਦੀ ਨਿਗਾਹ ਉਹਨਾਂ ਉੱਤੇ ਪਈ ਤਾਂ ਉਹ ਬਾਲਕ ਨੂੰ ਪਕੜਨ ਵਾਸਤੇ ਦੌੜੀ। ਮਾਤਾ ਭਾਨੀ ਦੀ ਨਜ਼ਰ ਵਿੱਚ ਇਹ ਬਹੁਤ ਵੱਡੀ ਅਵੱਗਿਆ ਸੀ ਕਿ ਉਸਦਾ ਅਬੋਧ ਬਾਲਕ ਗੁਰੂ ਮਹਾਰਾਜ ਦੇ ਸਿੰਘਾਸਣ ਉੱਤੇ ਚੜ ਬੈਠੇ। ਘਬਰਾਈ ਹੋਈ ਮਾਤਾ ਭਾਨੀ ਨੇ ਬਾਲਕ ਨੂੰ ਉਠਾ ਲਿਆ। ਐਨ ਉਸੇ ਵੇਲੇ ਬਾਹਰੋਂ ਗੁਰੂ ਅਮਰਦਾਸ ਜੀ ਆ ਗਏ। ਉਹਨਾਂ ਇਹ ਸਭ ਕੁਝ ਵੇਖ ਲਿਆ ਸੀ। ਮਹਾਰਾਜ ਹੱਸ ਕੇ ਬੋਲੇ, ਲਾਲ ਜੀ ਬੜੇ ਉਤਾਵਲੇ ਹੋ, ਇਸ ਸਿੰਘਾਸਣ ਉੱਤੇ ਪਹੁੰਚਣ ਵਾਸਤੇ ਬੜੀ ਕਠਿਨ ਘਾਲਣਾ ਤੇ ਲੰਮੇ ਸਮੇਂ ਦੀ ਲੋੜ ਹੈ। ਅਕਾਲ ਪੁਰਖ ਹਿੰਮਤ ਬਖਸ਼ੇ। ਇਹ ਕਹਿੰਦਿਆਂ ਗੁਰਦੇਵ ਨੇ ਬਾਲਕ ਨੂੰ ਬੀਬੀ ਭਾਨੀ ਕੋਲੋਂ ਚੁੱਕ ਲਿਆ ਤੇ ਗੋਦੀ ਵਿੱਚ ਲੈ ਕੇ ਆਪਣੇ ਪਲੰਘ ਉੱਤੇ ਬਹਿ ਗਏ। ਕਿੰਨਾ ਚਿਰ ਗੁਰਦੇਵ ਬਾਲਕ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ ਜਿਨ੍ਹਾਂ ਦਾ ਉਹ ਅਜੇ ਹੁੰਗਾਰਾ ਵੀ ਨਹੀਂ ਸੀ ਭਰ ਸਕਦਾ। ਗੁਰੂ ਅਰਜਨ ਦੇਵ ਜੀ ਦੀ ਉਮਰ 5 ਸਾਲ ਦੀ ਹੋਈ ਤਾਂ ਉਹਨਾਂ ਦੀ ਪੜ੍ਹਾਈ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਉਹਨਾਂ ਦੀ ਲਗਨ ਗੁਰਬਾਣੀ ਪੜ੍ਹਨ ਤੇ ਕੀਰਤਨ ਕਰਨ ਵੱਲ ਬਹੁਤ ਸੀ। ਗੁਰੂ ਅਮਰਦਾਸ ਜੀ ਦੀ ਨਿਗਰਾਨੀ ਵਿੱਚ ਇਹਨਾਂ ਦੋਹਾਂ ਲੋੜਾਂ ਦੀ ਪੂਰਤੀ ਵਾਸਤੇ ਪ੍ਰਬੰਧ ਕਰ ਦਿੱਤੇ ਗਏ। ਪਹਿਲੇ ਦੋਹਾਂ ਗੁਰੂਆਂ ਦੀ ਬਾਣੀ ਪੋਥੀਆਂ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਪਾਸ ਸੀ। ਉਹਨਾਂ ਦੀ ਆਪਣੀ ਬਾਣੀ ਦੀ ਪੋਥੀ ਵੀ ਸੀ। ਗੁਰੂ ਅਰਜਨ ਦੇਵ ਜੀ ਉਹ ਬਾਣੀ ਬੜੀ ਸ਼ਰਧਾ ਨਾਲ ਪੜ੍ਹਦੇ ਤੇ ਉਸਦਾ ਭਾਵ ਸਮਝਣ ਦਾ ਯਤਨ ਕਰਦੇ। ਇਹ ਲਗਨ ਵੇਖ ਕੇ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ, ਦੋਹਤਾ ਬਾਣੀ ਕਾ ਬੋਹਥਾ ਜਹਾਜ਼। ਗੁਰਦੇਵ ਦਾ ਇਹ ਵਰ ਅੱਖਰ ਅੱਖਰ ਸੱਚ ਹੋਇਆ। ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਿਆ ਪਤਾ ਲੱਗਦਾ ਹੈ ਕਿ ਆਪ ਸਮੇਂ ਦੀ ਪ੍ਰਚਲਿਤ ਵਿੱਦਿਆ ਵਿੱਚ ਨਿਪੁੰਨ ਤੇ ਪੁਰਾਤਨ ਹਿੰਦੂ ਸ਼ਾਸਤਰਾਂ ਦੇ ਮਹਾਨ ਗਿਆਤਾ ਸਨ। ਇੱਥੇ ਹੀ ਬਸ ਨਹੀਂ, ਆਪ ਉੱਚ ਚੋਟੀ ਦੇ ਰਾਗੀ ਤੇ ਰਾਗ ਵਿੱਦਿਆ ਦੇ ਵੀ ਧਨੀ ਸਨ। ਗੁਰੂ ਅਰਜਨ ਦੇਵ ਜੀ 11 ਸਾਲ 4 ਕੁ ਮਹੀਨੇ ਦੇ ਸਨ ਜਾਂ ਗੁਰੂ ਅਮਰਦਾਸ ਜੀ
ਜੋਤੀ ਜੋਤ ਸਮਾ ਗਏ ਤੇ ਗੁਰੂ ਰਾਮਦਾਸ ਜੀ ਗੱਦੀ ਤੇ ਬੈਠੇ। ਤੀਸਰੇ ਗੁਰੂ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਆ ਵਸੇ। ਗੁਰੂ ਅਰਜਨ ਦੇਵ ਜੀ ਦੀ ਪੜ੍ਹਾਈ ਇੱਥੇ ਵੀ ਜਾਰੀ ਰਹੀ। ਆਪ ਲੋੜ ਅਨੁਸਾਰ ਪਿਤਾ ਦੇ ਸਾਰੇ ਕਾਰਜਾਂ ਵਿੱਚ ਹੱਥ ਵਟਾਉਂਦੇ, ਪਰ ਉਹਨਾਂ ਦੀ ਵਧੇਰੇ ਰੁਚੀ ਕੁਰਬਾਣੀ ਦੇ ਅਧਿਐਨ ਵੱਲ ਰਹਿੰਦੀ। ਛੋਟੀ ਉਮਰ ਵਿੱਚ ਹੀ ਗੁਰੂ ਉਹ ਆਪ ਵੀ ਬਾਣੀ ਰਚਣ ਲੱਗ ਪਏ। ਦੋਹਤਾ ਬਾਣੀ ਕਾ ਬਹੁਤ ਵਾਲਾ ਵਾਰ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰ ਵਿਖਾਇਆ। ਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਜਿਸ ਵਿੱਚ ਸਭ ਤੋਂ ਵਧੇਰੇ ਰਚਨਾ ਗੁਰੂ ਅਰਜਨ ਦੇਵ ਜੀ ਦੀ ਹੈ। ਗੁਰੂ ਰਾਮਦਾਸ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਸਮਝ ਕੇ ਪੁੱਤਰ ਅਧਿਕਾਰੀ ਵਜੋਂ ਆਪਣੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਨੂੰ ਚੁਣ ਲਿਆ। ਫੈਸਲਾ ਹੋ ਗਿਆ, ਪਰ ਗੱਦੀ ਉੱਤੇ ਬੈਠਣ ਦੀ ਰਸਮ ਉਸੇ ਦਿਨ ਹੋਈ ਜਦ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਸੋ ਗੁਰੂ ਅਰਜਨ ਦੇਵ ਜੀ ਸ਼ੁੱਕਰਵਾਰ ਭਾਦਰੋਂ ਸੁਦੀ 3 ASU 2 ਸੰਮਤ 1638 ਬਿਕਰਮੀ 1 ਸਤੰਬਰ 1581 ਈਸਵੀ ਨੂੰ ਗੁਰਗੱਦੀ ਉੱਤੇ ਬੈਠੇ। ਉਸ ਵੇਲੇ ਆਪ ਜੀ ਦੀ ਉਮਰ 18 ਸਾਲ 4 ਮਹੀਨੇ 14 ਦਿਨ ਦੀ ਸੀ। ਦੂਸਰਾ ਕਾਂਡ, ਪ੍ਰਿਥੀ ਚੰਦ ਦਾ ਵਿਰੋਧ ਤੇ ਗੁਰਧਾਮਾਂ ਦੀ ਸੇਵਾ। ਕਈ ਵਾਰ ਸ਼ੁਭ ਭਾਵਨਾ ਨਾਲ ਮੰਗੇ ਹੋਏ ਵਰ ਦਾ ਫਲ ਵੀ ਕੌੜਾ ਨਿਕਲਿਆ ਕਰਦਾ ਹੈ। ਬੀਬੀ ਭਾਨੀ ਜੀ ਨੇ ਵਰ ਮੰਗਿਆ ਸੀ ਕਿ ਗੁਰਗੱਦੀ ਮੇਰੀ ਅੰਸ਼ ਵਿੱਚ ਹੀ ਰਹੇ। ਉਹਨਾਂ ਨਿਰੋਲ ਸੇਵਾ ਭਾਲ ਤੇ ਸ਼ਰਧਾ ਨੂੰ ਮੁੱਖ ਰੱਖ ਕੇ ਇਹ ਵਰ ਮੰਗਿਆ ਸੀ। ਕਹਿੰਦੇ ਹਨ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਦੀ ਮੰਗ ਪ੍ਰਵਾਨ ਕਰ ਲਈ, ਪਰ ਨਾਲ ਹੀ ਦੂਰਦਰਸ਼ੀ ਗੁਰਦੇਵ ਨੇ ਫਰਮਾਇਆ, ਬੇਟਾ ਵਗਦੇ ਪਾਣੀ ਨੂੰ ਬੰਨ ਮਾਰ ਦਿੱਤਾ ਈ, ਇਸਦਾ ਸਿੱਟਾ ਚੰਗਾ ਨਹੀਂ ਨਿਕਲੇਗਾ। ਇਤਿਹਾਸ ਪੜ੍ਹਿਆ ਪਤਾ ਲੱਗਦਾ ਹੈ ਕਿ ਇਹ ਭਵਿੱਖਬਾਣੀ ਸੱਚੀ ਸਾਬਤ ਹੋਈ। ਗੁਰੂ ਨਾਨਕ ਦੇਵ ਜੀ ਨੇ ਗੱਦੀ ਲਹਿਣਾ ਜੀ ਨੂੰ ਦੇ ਦਿੱਤੀ। ਇਸ ਉੱਤੇ ਬਾਬਾ ਸ੍ਰੀ ਚੰਦ ਜੀ ਬਹੁਤ ਨਾਰਾਜ਼ ਹੋਏ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਜਾ ਵਸੇ। ਸੋ ਇਹ ਨਾਰਾਜ਼ਗੀ ਇੱਥੇ ਹੀ ਖਤਮ ਹੋ ਗਈ। ਗੁਰੂ ਅੰਗਦ ਦੇਵ ਜੀ ਨੇ ਗੱਦੀ ਅਮਰਦਾਸ ਜੀ ਨੂੰ ਸੌਂਪ ਦਿੱਤੀ ਤਾਂ ਹਜ਼ੂਰ ਦੇ ਸਾਹਿਬਜ਼ਾਦੇ ਖਾਸ ਕਰ ਦਾਤੂ ਜੀ ਬਹੁਤ ਔਖੇ ਹੋਏ। ਉਹਨਾਂ ਦੀ ਨਾਰਾਜ਼ਗੀ ਬਾਬਾ ਸ੍ਰੀ ਚੰਦ ਜੀ ਨਾਲੋਂ ਕੁਝ ਵਧੇਰੇ ਵੱਧ ਗਈ। ਬਾਬਾ ਦਾਤੂ ਜੀ ਨੇ ਗੋਇੰਦਵਾਲ ਜਾ ਕੇ ਇੱਕ ਦਿਨ ਗੁਰਗੱਦੀ ਉੱਤੇ ਕਬਜ਼ਾ ਵੀ ਕਰ ਲਿਆ। ਗੁਰੂ ਅਮਰਦਾਸ ਜੀ ਰਸਤੇ 'ਚੋਂ ਪਾਸੇ ਹੋ ਗਏ ਤਾਂ ਇਹ ਨਾਰਾਜ਼ਗੀ ਵੀ ਕੁਝ ਦਿਨਾਂ ਪਿੱਛੋਂ ਮੁੱਕ ਗਈ। ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲਣ ਸਮੇਂ ਬਾਬਾ ਮੋਹਨ ਜੀ ਵੀ ਨਾਰਾਜ਼ ਹੋਏ, ਪਰ ਇੱਥੇ ਸਮਾਜਿਕ ਰਿਸ਼ਤਾ ਇਹੋ ਜਿਹਾ ਸੀ ਕਿ ਇਹ ਨਾਰਾਜ਼ਗੀ ਵਧੇਰੇ ਉੱਗੜ ਕੇ ਸਾਹਮਣੇ ਆਈ। ਪਰ ਗੁਰੂ ਅਰਜਨ ਦੇਵ ਜੀ ਦੀ ਚੋਣ ਬਾਅਦ ਪ੍ਰਿਥੀ ਚੰਦ ਦੀ ਨਾਰਾਜ਼ਗੀ ਦੁਸ਼ਮਣੀ ਵਿੱਚ ਬਦਲ ਗਈ, ਜੋ ਪੀੜ੍ਹੀਆਂ ਤੱਕ ਚੱਲਦੀ ਰਹੀ। ਗੁਰੂ ਰਾਮਦਾਸ ਜੀ ਦੇ ਫੈਸਲੇ ਨੂੰ ਪ੍ਰਿਥੀ ਚੰਦ ਨੇ ਪ੍ਰਵਾਨ ਨਾ ਕੀਤਾ। ਉਹ ਕਹਿੰਦਾ ਸੀ ਕਿ ਵੱਡਾ ਪੁੱਤਰ ਹੋਣ ਕਰਕੇ ਗੱਦੀ ਉੱਤੇ ਮੇਰਾ ਹੱਕ ਹੈ। ਗੁਰੂ ਰਾਮਦਾਸ ਜੀ ਦੇ ਸਮਝਾਉਣ ਉੱਤੇ ਵੀ ਉਸਨੇ ਆਪਣੀ ਜਿੱਦ ਨਾ ਛੱਡੀ। ਇਸ ਕਲੇਸ਼ ਨੂੰ ਟਾਲਣ ਵਾਸਤੇ ਗੁਰੂ ਰਾਮਦਾਸ ਜੀ ਗੋਇੰਦਵਾਲ ਚਲੇ ਗਏ। ਹਜ਼ੂਰ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਨੂੰ ਵੀ ਨਾਲ ਲੈ ਗਏ।
ਪਿੱਛੇ ਅੰਮ੍ਰਿਤਸਰ ਦਾ ਮਾਲਕ ਰਹਿ ਗਿਆ ਪ੍ਰਿਥੀ ਚੰਦ। ਉਹਨੇ ਕੁਝ ਮਸੰਦ ਵੀ ਆਪਣੇ ਨਾਲ ਗੰਢ ਲਏ। ਉਹ ਗੱਦੀ ਲਾ ਕੇ ਬੈਠਦਾ ਤੇ ਗੁਰੂ ਅਖਵਾਉਂਦਾ, ਪਰ ਸ਼ਰਧਾਲੂ ਸਿੱਖਾਂ ਨੂੰ ਉਹ ਭੁਲੇਖੇ ਵਿੱਚ ਨਾ ਪਾ ਸਕਿਆ। ਗੁਰੂ ਰਾਮਦਾਸ ਜੀ ਗੋਇੰਦਵਾਲ ਵਿੱਚ ਹੀ ਜੋਤੀ ਜੋਤ ਸਮਾ ਗਏ। ਸਮੇਂ ਦੇ ਰਿਵਾਜ ਅਨੁਸਾਰ ਦਸਵੇਂ ਦਿਨ ਬਾਅਦ ਸਾਰਾ ਭਾਈਚਾਰਾ ਤੇ ਸਿੱਖ ਸ਼ਰਧਾਲੂ ਇਕੱਠੇ ਹੋਏ। ਪਿਤਾ ਦੀ ਥਾਂ ਪੁੱਤਰ ਨੂੰ ਥਾਪਣ ਵਾਸਤੇ ਭਾਈਚਾਰੇ ਵੱਲੋਂ ਦਸਤਾਰ ਪੱਗ ਬੀਤੀ ਬੰਨ ਦਿੱਤੀ ਜਾਂਦੀ ਹੈ। ਪ੍ਰਿਥੀ ਚੰਦ ਉੱਥੇ ਜਾ ਧਮਕਿਆ। ਉਸ ਰਸਮ ਸਮੇਂ ਵੀ ਉਸਨੇ ਝਗੜਾ ਖੜਾ ਕਰ ਦਿੱਤਾ ਕਿ ਵੱਡਾ ਪੁੱਤਰ ਹੋਣ ਕਰਕੇ ਦਸਤਾਰ ਮੈਨੂੰ ਮਿਲਣੀ ਚਾਹੀਦੀ ਹੈ। ਸੁਭਾਵਕ ਹੀ ਹੈ ਕਿ ਝਗੜੇ ਸਮੇਂ ਕੁਝ ਆਦਮੀ ਇੱਕ ਪਾਸੇ ਤੇ ਕੁਝ ਦੂਸਰੇ ਪਾਸੇ ਰਾਏ ਦਿਆ ਕਰਦੇ ਹਨ। ਭਾਵੇਂ ਪ੍ਰਿਥੀ ਚੰਦ ਦੇ ਹੱਕ ਵਿੱਚ ਬਹੁਤ ਥੋੜੀਆਂ ਰਾਵਾਂ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਜ਼ੋਰ ਦੇ ਕੇ ਸਾਰੀ ਬਰਾਦਰੀ ਤੇ ਸੰਗਤ ਨੂੰ ਮਨਾ ਲਿਆ ਕਿ ਪਿਤਾ ਦੀ ਥਾਂ ਦਸਤਾਰ ਪ੍ਰਿਥੀ ਚੰਦ ਨੂੰ ਦੇ ਦਿੱਤੀ ਜਾਵੇ। ਗੁਰਦੇਵ ਦੀ ਇਹ ਉਦਾਰਤਾ ਵੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ। ਅੰਤ ਸੰਗਤ ਨੇ ਇਹ ਫੈਸਲਾ ਕੀਤਾ ਕਿ ਪਿਤਾ ਦੀ ਥਾਂ ਦਸਤਾਰ ਪ੍ਰਿਥੀ ਚੰਦ ਨੂੰ ਦਿੱਤੀ ਜਾਵੇ, ਜਿਸ ਦਾ ਅਰਥ ਸੀ ਕਿ ਗੁਰੂ ਰਾਮਦਾਸ ਜੀ ਦੀ ਨਿੱਜੀ ਸੰਪਤੀ ਦਾ ਮਾਲਕ ਪ੍ਰਿਥੀ ਚੰਦ ਬਣੇ, ਪਰ ਗੁਰਗੱਦੀ ਕਿਸੇ ਦੀ ਜੱਦੀ ਜਾਇਦਾਦ ਨਹੀਂ, ਇਹ ਗੁਰੂ ਨਾਨਕ ਦੀ ਦਾਤ ਹੈ। ਸੋ ਗੁਰੂ ਰਾਮਦਾਸ ਜੀ ਦੇ ਦਿੱਤੇ ਫੈਸਲੇ ਅਨੁਸਾਰ ਗੁਰਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਰਹਿਣਗੇ। ਸਮਾਗਮ ਸਮਾਪਤ ਹੋਇਆ। ਸੰਗਤਾਂ ਦੀ ਪ੍ਰੇਰਣਾ ਅਨੁਸਾਰ ਗੁਰੂ ਅਰਜਨ ਦੇਵ ਜੀ ਵਾਪਸ ਅੰਮ੍ਰਿਤਸਰ ਆ ਗਏ। ਪ੍ਰਿਥੀ ਚੰਦ ਨੇ ਪੈਰ ਪੈਰ ਉੱਤੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਮੁਸੀਬਤਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਾਸੇ ਗੁਰੂ ਅਰਜਨ ਦੇਵ ਜੀ ਗੱਦੀ ਉੱਤੇ ਬਿਰਾਜਦੇ ਤੇ ਦੂਜੇ ਪਾਸੇ ਪ੍ਰਿਥੀ ਚੰਦ ਵੀ ਆਪਣੇ ਘਰ ਸਾਵੀਂ ਗੱਦੀ ਲਾ ਕੇ ਬਹਿੰਦਾ ਤੇ ਗੁਰੂ ਅਖਵਾਉਂਦਾ। ਲਾਲਚ ਦੇ ਕੇ ਕੁਝ ਮਸੰਦ ਵੀ ਉਹਨੇ ਆਪਣੇ ਨਾਲ ਗੰਢ ਲਏ। ਉਹ ਲੋਕਾਂ ਵਿੱਚ ਬੜਾ ਪ੍ਰਚਾਰ ਕਰਦੇ ਕਿ ਅਸਲੀ ਗੁਰੂ ਤਾਂ ਪ੍ਰਿਥੀ ਚੰਦ ਹੀ ਹੈ, ਕਿਉਂਕਿ ਉਹ ਚੌਥੇ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਹੈ। ਅੰਮ੍ਰਿਤਸਰ ਵਿੱਚ ਇੱਕ ਦੀ ਥਾਂ ਦੋ ਗੁਰਤਾ ਗੱਦੀਆਂ ਬਣ ਗਈਆਂ, ਪਰ ਦੋਹਾਂ ਦੇ ਨਿਸ਼ਾਨੇ ਅਤੇ ਰਾਹ ਵੱਖਰੇ ਸਨ। ਗੁਰੂ ਅਰਜਨ ਦੇਵ ਜੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸਨ ਗੁਰੂ ਕਾ ਲੰਗਰ ਚਲਾਉਣਾ ਤੇ ਗੁਰੂ ਰਾਮਦਾਸ ਜੀ ਦੀ ਜਾਰੀ ਕੀਤੀ ਹੋਈ ਸਰੋਵਰਾਂ ਦੀ ਸੇਵਾ ਚਾਲੂ ਰੱਖਣੀ। ਦੂਸਰੇ ਪਾਸੇ ਪ੍ਰਿਥੀ ਚੰਦ ਦਾ ਕੰਮ ਸੀ ਬਾਹਰ ਆਈ ਮਾਇਆ ਹਰ ਢੰਗ ਨਾਲ ਹੜੱਪ ਕਰਨੀ ਤੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਪ੍ਰਚਾਰ ਕਰਨਾ। ਪ੍ਰਿਥੀ ਚੰਦ ਨੇ ਅੰਮ੍ਰਿਤਸਰ ਨੂੰ ਆਉਣ ਵਾਲੇ ਸਾਰੇ ਰਾਹਾਂ ਉੱਤੇ ਆਪਣੇ ਮਸੰਦ ਬਿਠਾ ਦਿੱਤੇ। ਉਹ ਆਉਣ ਵਾਲੇ ਸ਼ਰਧਾਲੂ ਤੋਂ ਕਾਰ ਭੇਟਾ ਉੱਥੇ ਹੀ ਲੈ ਲੈਂਦੇ। ਕੋਈ ਇਸ ਚਾਲ ਤੋਂ ਜਾਣੂ ਸਿੱਖ ਹੀ ਉਹਨਾਂ ਤੋਂ ਬਚ ਕੇ ਨਿਕਲਦਾ ਤੇ ਆਪਣਾ ਚੜਾਵਾ ਸਿੱਧਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚਾਉਂਦਾ। ਇਸ ਤਰ੍ਹਾਂ ਜੋ ਥੋੜੀ ਬਹੁਤੀ ਚੜ੍ਹਤ ਦੀ ਮਾਇਆ ਆਉਂਦੀ ਉਸ ਨਾਲ ਗੁਰੂ ਕਾ ਲੰਗਰ ਚੱਲਦਾ। ਇੱਥੇ ਹੀ ਬਸ ਨਹੀਂ, ਪ੍ਰਿਥੀ ਚੰਦ ਨੇ ਇੱਕ ਹੋਰ ਚਾਲ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਬਾਹਰੋਂ ਆਉਣ ਵਾਲਾ ਬਹੁਤਾ ਚੜਾਵਾ ਤਾਂ ਉਹ ਆਪ ਸੰਭਾਲ ਲੈਂਦਾ ਤੇ ਪ੍ਰਸ਼ਾਦ ਛਕਣ ਵੇਲੇ ਸਾਰੀ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਦੇ ਲੰਗਰ ਵਿੱਚ ਭੇਜ ਦਿੰਦਾ। ਇਸ ਦਾ ਸਿੱਟਾ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਬੜਾ ਸੰਕਟ ਆ ਗਿਆ। ਆਮਦਨ ਕੋਈ ਨਾ ਤੇ ਖਰਚ ਕਾਇਮ, ਮੁਸ਼ਕਲ ਇੱਥੋਂ ਤੱਕ ਪਹੁੰਚ ਗਈ ਕਿ ਕਈ ਵਾਰ ਸਾਰੀ ਸੰਗਤ ਨੂੰ ਲੰਗਰ ਪੂਰਾ ਵੀ ਨਾ ਆਉਂਦਾ। ਰਾਤ ਗੁਰੂ ਅਰਜਨ ਦੇਵ ਜੀ
ਤੇ ਮਾਤਾ ਗੰਗਾ ਜੀ ਭੁੱਖਿਆਂ ਹੀ ਗੁਜ਼ਾਰਦੇ, ਪਰ ਸਹਿਣਸ਼ੀਲਤਾ ਦੀ ਹੱਦ ਹੈ, ਇੰਨੀ ਔਖਿਆਈ ਸਹਿ ਕੇ ਵੀ ਗੁਰਦੇਵ ਆਪਣੇ ਭਰਾ ਦੇ ਵਿਰੁੱਧ ਇੱਕ ਸ਼ਬਦ ਤੱਕ ਨਾ ਕਹਿੰਦੇ। ਹਜ਼ੂਰ ਰਾਤਾਂ ਭੁੱਖਿਆਂ ਗੁਜ਼ਾਰਦੇ ਤੇ ਉਸੇ ਹਾਲ ਦੂਰੋਂ ਆਈਆਂ ਥੱਕੀਆਂ ਹੋਈਆਂ ਸੰਗਤਾਂ ਦੇ ਚਰਨ ਦਬਾਉਂਦੇ ਰਹਿੰਦੇ। ਇਸੇ ਸਮੇਂ ਭਾਈ ਗੁਰਦਾਸ ਜੀ ਆਗਰੇ ਤੋਂ ਵਾਪਸ ਅੰਮ੍ਰਿਤਸਰ ਪੁੱਜੇ। ਗੁਰੂ ਕੇ ਲੰਗਰ ਦੀ ਇਹ ਹਾਲਤ ਵੇਖ ਕੇ ਉਹਨਾਂ ਦਾ ਹਿਰਦਾ ਦੁੱਖ ਨਾਲ ਭਰ ਗਿਆ। ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਜੇਠਾ ਜੀ, ਪੈੜਾ ਜੀ, ਭਾਈ ਗੁਰੀਆ ਆਦਿ ਨਾਮਵਰ ਸਿੱਖਾਂ ਦੀ ਮਦਦ ਨਾਲ ਭਾਈ ਗੁਰਦਾਸ ਜੀ ਨੇ ਇਸ ਹਾਲਤ ਨੂੰ ਬਦਲਣ ਦਾ ਬੀੜਾ ਉਠਾ ਲਿਆ। ਉਹਨਾਂ ਵੀ ਅੰਮ੍ਰਿਤਸਰ ਦੇ ਹਰ ਰਾਹ ਉੱਤੇ ਪ੍ਰਿਥੀ ਚੰਦ ਦੇ ਮਸੰਦਾਂ ਦੇ ਸਾਹਮਣੇ ਜਾ ਡੇਰੇ ਲਾਏ। ਉਹ ਆਈਆਂ ਸੰਗਤਾਂ ਨੂੰ ਅਸਲੀਅਤ ਸਮਝਾਉਂਦੇ ਤੇ ਪ੍ਰਿਥੀ ਚੰਦ ਤੇ ਉਹਦੇ ਮਸੰਦਾਂ ਦੀਆਂ ਕਰਤੂਤਾਂ ਤੋਂ ਪਰਦਾ ਚੁੱਕਦੇ। ਸੰਗਤਾਂ ਵਿੱਚ ਪ੍ਰਿਥੀ ਚੰਦ ਵਿਰੁੱਧ ਨਫ਼ਰਤ ਵਧਣੀ ਸ਼ੁਰੂ ਹੋ ਗਈ, ਇੱਥੋਂ ਤੱਕ ਕਿ ਲੋਕ ਪ੍ਰਿਥੀ ਚੰਦ ਨੂੰ ਮੀਣਾ ਆਖਣ ਲੱਗ ਪਏ। ਹੁਣ ਪ੍ਰਿਥੀ ਚੰਦ ਨੇ ਇੱਕ ਹੋਰ ਚਾਲ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਪਾਸੇ ਤਾਂ ਉਹਨੇ ਸਰਕਾਰੀ ਕਰਮਚਾਰੀਆਂ ਨਾਲ ਆਪਣਾ ਅਸਰ ਰਸੂਖ ਵਧਾਉਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਆਪਣੇ ਪੁੱਤਰ ਮਿਹਰਬਾਨ ਨੂੰ ਹਰ ਵੇਲੇ ਗੁਰੂ ਅਰਜਨ ਦੇਵ ਜੀ ਦੇ ਪਾਸ ਰੱਖਣ ਦਾ ਪ੍ਰਬੰਧ ਕਰ ਲਿਆ। ਗੁਰੂ ਅਰਜਨ ਦੇਵ ਜੀ ਬਹੁਤ ਹੀ ਦਿਆਲੂ ਸੁਭਾਅ ਦੇ ਸਨ। ਆਪ ਮਿਹਰਬਾਨ ਨੂੰ ਬੱਚਿਆਂ ਵਾਂਗ ਪਿਆਰ ਕਰਦੇ ਤੇ ਆਪਣੇ ਪਾਸ ਰੱਖਦੇ। ਪ੍ਰਿਥੀ ਚੰਦ ਦਾ ਨਿਸ਼ਾਨਾ ਇਹ ਸੀ ਕਿ ਜੇ ਉਹ ਗੁਰੂ ਨਹੀਂ ਬਣ ਸਕਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਪਿੱਛੋਂ ਉਹਦਾ ਪੁੱਤਰ ਜ਼ਰੂਰ ਗੁਰੂ ਬਣ ਜਾਏਗਾ। ਸੰਗਤਾਂ ਨੂੰ ਅਸਲ ਹਾਲਾਤ ਦਾ ਗਿਆਨ ਹੋ ਗਿਆ ਤਾਂ ਉੱਦਮੀ ਸਿੱਖਾਂ ਦੀ ਹਿੰਮਤ ਨਾਲ ਗੁਰੂ ਕੀ ਗੋਲਕ ਵਿੱਚ ਵਧੇਰੇ ਮਾਇਆ ਆਉਣ ਲੱਗ ਪਈ, ਜਿਸ ਨਾਲ ਆਰੰਭ ਕੀਤੇ ਹੋਏ ਸਰੋਵਰਾਂ ਦੀ ਸੇਵਾ ਤੇਜ਼ੀ ਨਾਲ ਨੇਪਰੇ ਚੜ੍ਹਨ ਲੱਗੀ। ਸੰਤੋਖ ਸਰ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਸੰਤੋਖ ਸਰ ਆਰੰਭ ਕੀਤਾ ਸੀ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਉਸੇ ਨੂੰ ਪੂਰਨ ਕਰਨਾ ਉਚਿਤ ਸਮਝਿਆ। ਪਿਸ਼ਾਵਰ ਨਿਵਾਸੀ ਭਾਈ ਸੰਤੋਖੇ ਨੇ ਉਸ ਦੀ ਸੇਵਾ ਵਾਸਤੇ ਚੋਖਾ ਧਨ ਅਰਦਾਸ ਕਰਾਇਆ। ਸਿੱਟੇ ਵਜੋਂ 1643 ਬਿਕਰਮੀ ਵਿੱਚ ਸੰਤੋਖ ਸਰ ਮੁਕੰਮਲ ਹੋ ਗਿਆ ਹਰਿਮੰਦਰ। ਫਿਰ ਗੁਰੂ ਮਹਾਰਾਜ ਨੇ ਸਾਰਾ ਧਿਆਨ ਅੰਮ੍ਰਿਤ ਸਰੋਵਰ ਨੂੰ ਪੂਰਨ ਕਰਨ ਵੱਲ ਲਾਇਆ। ਸਰੋਵਰ ਲਗਭਗ ਮੁਕੰਮਲ ਹੋ ਗਿਆ ਤਾਂ ਗੁਰੂ ਮਹਾਰਾਜ ਨੇ ਪਹਿਲੀ ਮਾਘ 1645 ਬਿਕਰਮੀ ਨੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਮਨੁੱਖਤਾ ਦੇ ਗੁਰੂ ਅਰਜਨ ਦੇਵ ਜੀ ਨੇ ਇੱਕ ਅਨੋਖੀ ਕਰਨੀ ਕਰ ਵਿਖਾਈ ਜਿਸ ਦੀ ਹੋਰ ਮਿਸਾਲ ਨਹੀਂ ਮਿਲਦੀ। ਲਾਹੌਰ ਤੋਂ ਸਾਈਂ ਮੀਆਂ ਮੀਰ ਨੂੰ ਬੁਲਾ ਕੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਤੋਂ ਰਖਵਾਈ। ਸਿੱਖਾਂ ਦੇ ਸਭ ਤੋਂ ਵੱਡੇ ਮੰਦਰ ਦੀ ਨੀਂਹ ਇੱਕ ਮੁਸਲਮਾਨ ਫਕੀਰ ਦੇ ਹੱਥੋਂ ਰਖਵਾਈ। ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਰਚਿਆ ਗਿਆ। ਉਸਦੇ ਚਾਰ ਦਰਵਾਜ਼ੇ ਰੱਖੇ ਗਏ ਜਿਸ ਦਾ ਭਾਵ ਸੀ ਕਿ ਇਹ ਧਰਮ ਮੰਦਰ ਚੌਹਾਂ ਵਰਣਾ ਵਾਸਤੇ ਖੁੱਲ੍ਹਾ ਹੈ, ਪੰਡਿਤ ਦੇ ਬਣਾਏ ਮੰਦਰ ਕੇਵਲ ਉੱਚ ਜਾਤੀਆਂ ਵਾਸਤੇ ਹਨ। ਮਿੱਥੀਆਂ ਹੋਈਆਂ ਨੀਵੀਆਂ ਜਾਤੀਆਂ ਨੂੰ ਉਹਨਾਂ ਦੇ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਸੀ। ਇਹ ਹਰੀ ਈਸ਼ਵਰ ਦਾ ਮੰਦਰ ਸਾਰੀਆਂ ਜਾਤੀਆਂ ਵਾਸਤੇ ਹਰ ਪ੍ਰਾਣੀ ਮਾਤਰ ਵਾਸਤੇ ਖੁੱਲ੍ਹਾ ਸੀ। ਹਰਿਮੰਦਰ ਸਾਹਿਬ ਇੱਕ ਪੁੱਲ ਰਾਹੀਂ ਬਾਹਰ ਦੀ ਪਰਿਕਰਮਾ ਨਾਲ ਮਿਲਾ ਦਿੱਤਾ ਗਿਆ। ਕਲਾਮਈ ਪੱਖ ਤੋਂ ਵੀ
ਇਹ ਕਾਰੀਗਰੀ ਦਾ ਬਹੁਤ ਉੱਤਮ ਨਮੂਨਾ ਹੈ। ਇਸ ਵੇਲੇ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਸੰਸਾਰ ਦੇ ਪ੍ਰਸਿੱਧ ਅਜੂਬਿਆਂ ਵਿੱਚ ਗਿਣਿਆ ਜਾਂਦਾ ਹੈ। ਦਸਵੰਧ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ ਸਨ। ਬਾਹਰੋਂ ਉਗਰਾਹੀ ਲਿਆਉਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਉਸ ਉਗਰਾਹੀ ਦੀ ਇੱਕ ਹੱਦ ਮਿੱਥ ਦਿੱਤੀ। ਸੰਗਤਾਂ ਨੂੰ ਹੁਕਮ ਦਿੱਤਾ ਕਿ ਹਰ ਸ਼ਰਧਾਲੂ ਸਿੱਖ ਆਪਣੀ ਖਾਲਸ ਬਚਤ ਵਿੱਚੋਂ ਦਸਵਾਂ ਹਿੱਸਾ ਗੁਰੂ ਕੀ ਗੋਲਕ ਵਾਸਤੇ ਭੇਟਾ ਕਰੇ। ਇਸੇ ਹਿੱਸੇ ਵਾਸਤੇ ਸਿੱਖਾਂ ਵਿੱਚ ਅਜੇ ਤੱਕ ਸ਼ਬਦ ਦਸਵੰਧ ਪ੍ਰਚਲਿਤ ਹੈ। ਇਸ ਦਸਵੰਧ ਵਿੱਚੋਂ ਗੁਰੂ ਕਾ ਲੰਗਰ ਤੇ ਲੋਕ ਭਲਾਈ ਦੇ ਹੋਰ ਕਾਰਜ ਚੱਲਦੇ ਸਨ ਤੇ ਲੋੜਵੰਦਾਂ ਦੀ ਮਾਲੀ ਸਹਾਇਤਾ ਵੀ ਕੀਤੀ ਜਾਂਦੀ ਸੀ। ਤਰਨ ਤਾਰਨ ਅੰਮ੍ਰਿਤਸਰ ਦੇ ਹਾਲਾਤ ਠੀਕ ਹੋ ਗਏ ਤਾਂ ਗੁਰੂ ਮਹਾਰਾਜ ਨੇ ਇਲਾਕੇ ਵਿੱਚ ਦੌਰੇ ਕਰਨੇ ਸ਼ੁਰੂ ਕਰ ਦਿੱਤੇ, ਜਿੱਥੇ ਮਹਾਰਾਜ ਪੁਰਾਤਨ ਧਰਮ ਅਸਥਾਨਾਂ ਦੀ ਸੇਵਾ ਕਰਾਉਂਦੇ ਉੱਥੇ ਨਵੇਂ ਅਸਥਾਨ ਵੀ ਰਚਦੇ। 17 ਵਿਸਾਖ ਸੰਮਤ 1647 ਬਿਕਰਮੀ ਨੂੰ ਮਹਾਰਾਜ ਨੇ ਤਰਨ ਤਾਰਨ ਦੇ ਪਵਿੱਤਰ ਸਰੋਵਰ ਦਾ ਟੱਕ ਲਾਇਆ। ਇਹ ਸਰੋਵਰ ਕਾਫੀ ਵੱਡਾ ਹੈ। ਹਰਿਮੰਦਰ ਸਾਹਿਬ ਸਰੋਵਰ ਦੇ ਇੱਕ ਕਿਨਾਰੇ ਉੱਤੇ ਹੈ, ਅੰਮ੍ਰਿਤਸਰ ਵਾਂਗ ਵਿਚਕਾਰ ਨਹੀਂ। ਸਰੋਵਰ ਤੋਂ ਥੋੜ੍ਹੀ ਵਿੱਥ ਉੱਤੇ ਗੁਰਦੇਵ ਨੇ ਕੋਹੜੀਆਂ ਦੇ ਰਹਿਣ ਵਾਸਤੇ ਇੱਕ ਨਿਵਾਸ ਅਸਥਾਨ ਬਣਵਾਇਆ, ਜਿੱਥੇ ਰੋਗੀਆਂ ਦੇ ਅੰਨ ਬਸਤਰ ਤੇ ਦਵਾ ਦਾਰੂ ਦਾ ਪ੍ਰਬੰਧ ਕੀਤਾ। ਇੱਥੋਂ ਚੱਲ ਕੇ ਚੋਲਾ ਆਦਿ ਨਗਰਾਂ ਵਿੱਚ ਦੀ ਸੰਗਤਾਂ ਨੂੰ ਤਾਰਦੇ ਹੋਏ ਖਡੂਰ ਸਾਹਿਬ ਤੇ ਗੋਇੰਦਵਾਲ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਆਪ ਦੁਆਬੇ ਵਿੱਚ ਜਾ ਪਹੁੰਚੇ। ਕਰਤਾਰਪੁਰ ਵਸਾਇਆ, ਗੁਰਦੇਵ ਡੱਲੇ ਨਗਰ ਵਿੱਚ ਠਹਿਰੇ ਹੋਏ ਸਨ। ਹਜ਼ੂਰ ਦੀ ਸ਼ੋਭਾ ਸੁਣ ਕੇ ਜਲੰਧਰ ਦਾ ਨਾਜ਼ਮ ਅਜ਼ੀਮ ਖਾਂ ਵੀ ਦਰਸ਼ਨ ਕਰਨ ਆਇਆ। ਮਹਾਰਾਜ ਦੇ ਸ਼ੁਭ ਵਿਚਾਰ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਇਆ। ਉਹਨੇ ਆਪਣੇ ਇਲਾਕੇ ਵਿੱਚ ਕੋਈ ਨਵਾਂ ਨਗਰ ਵਸਾਉਣ ਵਾਸਤੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ। ਉਸਦੀ ਸ਼ਰਧਾ ਵੇਖ ਕੇ ਗੁਰਦੇਵ ਨੇ 21 ਮੱਘਰ 1650 ਬਿਕਰਮੀ ਨੂੰ ਇੱਕ ਨਗਰ ਦੀ ਨੀਂਹ ਧਰੀ। ਅਜ਼ੀਮ ਖਾਂ ਦੀ ਚਾਹ ਸੀ ਕਿ ਨਗਰ ਦਾ ਨਾਮ ਗੁਰੂ ਅਰਜਨ ਦੇਵ ਜੀ ਦੇ ਨਾਮ ਉੱਤੇ ਰੱਖਿਆ ਜਾਵੇ, ਪਰ ਕਰਤਾਰ ਦੇ ਪੁਜਾਰੀ ਗੁਰਦੇਵ ਨੇ ਨਗਰ ਦਾ ਨਾਮ ਕਰਤਾਰਪੁਰ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਧੀਰ ਮੱਲ ਨੇ ਆਪਣੀ ਰਿਹਾਇਸ਼ ਇੱਥੇ ਹੀ ਰੱਖੀ। ਕੁਝ ਮਸੰਦਾਂ ਦੀ ਸਹਾਇਤਾ ਨਾਲ ਉਹ ਗੁਰੂ ਵੀ ਅਖਵਾਉਂਦਾ ਰਿਹਾ। ਉਸਦੀ ਬੰਸ ਅਜੇ ਤੱਕ ਉੱਥੇ ਹੈ। ਗੁਰੂ ਅਰਜਨ ਦੇਵ ਜੀ ਨੇ ਜੋ ਬੀੜ ਲਿਖਵਾਈ ਸੀ ਉਹ ਅਜੇ ਤੱਕ ਕਰਤਾਰਪੁਰ ਦੇ ਸੋਢੀਆਂ ਕੋਲ ਹੈ। ਕਰਤਾਰਪੁਰ ਤੋਂ 5ਵੇਂ ਪਾਤਸ਼ਾਹ ਵਾਪਸ ਅੰਮ੍ਰਿਤਸਰ ਆਏ, ਪਰ ਪ੍ਰਿਥੀ ਚੰਦ ਦੀ ਈਰਖਾ ਕਾਰਨ ਉੱਥੇ ਬਹੁਤਾ ਚਿਰ ਨਾ ਟਿੱਕੇ। ਸਾਹਿਬਜ਼ਾਦਾ ਹਰਗੋਬਿੰਦ ਪ੍ਰਗਟ ਹੋਏ। 1651 ਬਿਕਰਮੀ ਵਿੱਚ ਗੁਰਦੇਵ ਅੰਮ੍ਰਿਤਸਰ ਤੋਂ 4 ਮੀਲ ਦੂਰ ਪਿੰਡ ਵਡਾਲੀ ਵਿੱਚ ਜਾ ਟਿੱਕੇ। ਇੱਥੇ ਮਹਾਰਾਜ 3 ਸਾਲ ਰਹੇ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ 21 ਹਾੜ 1652 ਬਿਕਰਮੀ ਨੂੰ ਪ੍ਰਗਟ ਹੋਏ। ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਪਿੰਡ ਮੌੜ ਦੇ ਭਾਈ ਚੰਦਨ ਦਾਸ ਖੱਤਰੀ ਦੀ ਸਪੁੱਤਰੀ ਰਾਮ ਦੇਵੀ ਜੀ ਨਾਲ ਗੁਰੂ ਰਾਮਦਾਸ ਜੀ ਦੇ ਸਮੇਂ
ਸੰਮਤ 1636 ਬਿਕਰਮੀ ਵਿੱਚ ਹੋਈ ਸੀ। ਉਹ ਨਿਰਸੰਤਾਨ ਸਵਰਗਵਾਸ ਹੋ ਗਏ ਤਾਂ ਮਾਤਾ ਭਾਨੀ ਜੀ ਤੇ ਹੋਰ ਸਿੱਖ ਸ਼ਰਧਾਲੂਆਂ ਦੇ ਜ਼ੋਰ ਦੇਣ ਤੇ ਮਹਾਰਾਜ ਨੇ ਦੂਸਰੀ ਸ਼ਾਦੀ ਦੁਆਬੇ ਦੇ ਪਿੰਡ ਮੌ ਵਿੱਚ ਕੀਤੀ। 23 ਹਾੜ 1646 ਬਿਕਰਮੀ ਨੂੰ ਮਾਤਾ ਗੰਗਾ ਜੀ ਨਾਲ ਗੁਰਦੇਵ ਦਾ ਵਿਆਹ ਗੁਰੂ ਰਾਮਦਾਸ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਹੋਇਆ। ਮਾਤਾ ਗੰਗਾ ਜੀ ਦੇ ਪਿਤਾ ਦਾ ਨਾਮ ਕਿਸ਼ਨ ਚੰਦ ਤੇ ਮਾਤਾ ਦਾ ਨਾਮ ਤਨਵੰਤੀ ਸੀ। ਬਾਬਾ ਬੁੱਢਾ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਵਡਾਲੀ ਵਿੱਚ ਪ੍ਰਗਟ ਹੋਏ। ਇਸੇ ਕਾਰਨ ਨਗਰ ਦਾ ਨਾਮ ਗੁਰੂ ਕੀ ਵਡਾਲੀ ਪ੍ਰਸਿੱਧ ਹੋ ਗਿਆ। ਸ਼ਹਿਰਾਟਾ ਸਾਹਿਬ ਉਸ ਸਮੇਂ ਮਾਝੇ ਵਿੱਚ ਨਹਿਰਾਂ ਨਹੀਂ ਸਨ, ਖੇਤੀ ਦਾ ਨਿਰਭਰ ਬਾਰਿਸ਼ ਉੱਤੇ ਹੀ ਸੀ ਜਾਂ ਕਿਤੇ ਕੋਈ ਪੁੱਜਦਾ ਜ਼ਿਮੀਦਾਰ ਖੂਹ ਲਵਾ ਲੈਂਦਾ ਸੀ। ਗੁਰਦੇਵ ਨੇ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਵਡਾਲੀ ਨਗਰ ਤੋਂ ਥੋੜ੍ਹੀ ਦੂਰ ਇੱਕ ਸ਼ੇਹ ਹਰਟਾ ਖੂਹ ਲਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ੇਹ ਹਰਟਾ ਸਾਹਿਬ ਮੌਜੂਦ ਹੈ। ਲਾਹੌਰ ਵਿੱਚ ਗੁਰਦੇਵ ਨੇ ਕੁਝ ਹੋਰ ਅਸਥਾਨ ਵੀ ਬਣਾਏ। 1656 ਬਿਕਰਮੀ ਵਿੱਚ ਆਪ ਕੁਝ ਸਮਾਂ ਲਾਹੌਰ ਰਹੇ। ਉੱਥੇ ਆਪ ਨੇ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਤੇ ਡੱਬੀ ਬਾਜ਼ਾਰ ਵਿੱਚ ਗੁਰਦੁਆਰਾ ਬੌਲੀ ਸਾਹਿਬ ਬਣਵਾਇਆ। ਵਾਪਸੀ ਸਮੇਂ ਪਿੰਡ ਸਹਿੰਸਰੇ ਵਿੱਚ ਮਹਾਰਾਜ ਨੇ ਗੁਰਦੁਆਰਾ ਗੁਰੂ ਕਾ ਬਾਗ ਬਣਵਾਇਆ, ਜਿੱਥੇ ਅਕਾਲੀ ਲਹਿਰ ਸਮੇਂ ਬੜਾ ਪ੍ਰਸਿੱਧ ਮੋਰਚਾ ਲੱਗਾ ਰਿਹਾ। ਰਾਮਸਰ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਆ ਕੇ ਗੁਰਦੇਵ 1659-60 ਬਿਕਰਮੀ ਵਿੱਚ ਰਾਮਸਰ ਬਣਾਇਆ, ਜਿਸ ਦੇ ਕੰਢੇ ਬਹਿ ਕੇ ਆਪ ਨੇ ਪ੍ਰਸਿੱਧ ਬਾਣੀ ਸੁਖਮਨੀ ਸਾਹਿਬ ਉਚਾਰੀ ਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ।